ਸੀਐਮ ਮਾਨਦੇ ਉਹਨਾਂ ਦੇ ਜੱਦੀ ਪਿੰਡ ਸਤੌਜ ਪਹੁੰਚਣ ਤੇ ਲੋਕਾਂ ਨੂੰ ਕੀਤੀ ਗਈ ਅਪੀਲ ਦਾ ਅਸਰ ਹੁਣ ਵੇਖਣ ਨੂੰ ਮਿਲਿਆ ਜਦੋਂ ਪਿੰਡ ਵਾਸੀਆਂ ਨੇ ਖੁਸ਼ੀ ਖੁਸ਼ੀ ਸਰਬਸੰਮਤੀ ਦੇ ਨਾਲ ਸਰਪੰਚ ਨੂੰ ਚੁਣ ਲਿਆ ਗਿਆ। ਜਾਣਕਾਰੀ ਲਈ ਦੱਸਣਾ ਬਣਦਾ ਹੈ ਕਿ ਬੀਤੀ 3 ਅਕਤੂਬਰ ਨੂੰ ਸੀਐਮ ਮਾਨ ਪਿੰਡ ਪਹੁੰਚੇ ਸਨ ਤੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਸਰਬਸੰਮਤੀ ਦੇ ਨਾਲ ਹੀ ਪਿੰਡ ਦਾ ਸਰਪੰਚ ਚੁਣਿਆ ਜਾਵੇ, ਜਿਸ ਤੋਂ ਬਾਅਦ ਹੁਣ ਹਰਬੰਸ ਸਿੰਘ ਹੈਪੀ ਦੇ ਪੱਖ ਦੇ ਵਿੱਚ ਪੂਰਾ ਪਿੰਡ ਨਿਤਰਿਆ ਅਤੇ ਹਰਬੰਸ ਹੈਪੀ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ। ਹਾਲਾਂਕਿ ਪਿੰਡ ਦੇ 3 ਵਿਅਕਤੀਆਂ ਨੇ ਸਰਪੰਚੀ ਲਈ ਕਾਗਜ਼ ਵੀ ਭਰੇ ਹੋਏ ਸਨ, ਪਰ ਸੀਐਮ ਮਾਨ ਦੀ ਅਪੀਲ ਤੋਂ ਬਾਅਦ ਅਤੇ ਹਰਬੰਸ ਸਿੰਘ ਹੈਪੀ ਦੇ ਹੱਕ ਦੇ ਵਿੱਚ ਤਿੰਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਸਰਬਸੰਮਤੀ ਨਾਲ ਸਰਪੰਚ ਚੁਣਨ ਤੋਂ ਬਾਅਦ ਹੁਣ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਪਿੰਡ ਦੇ ਸਾਰੇ ਲੋਕ ਖੁਸ਼ ਨਜ਼ਰ ਆ ਰਹੇ ਨੇ। ਤਾਂ ਜਿਹੜੇ ਹੋਰ ਫਾਲਤੂ ਖਰਚੇ ਹੁੰਦੇ ਨੇਗੇ ਚੋਣਾਂ ਵਿੱਚ, ਉਹਨਾਂ ਤੋਂ ਬੱਚਤ ਹੁੰਦੀ ਆ ਅਤੇ ਪਿੰਡ ਦਾ ਭਾਈਚਾਰਾ ਏਕਾ ਬਣਿਆ ਰਹਿੰਦਾ ਹੈ ਅਤੇ ਪਿੰਡ ਦਾ ਵਿਕਾਸ ਇਹਦੇ ਨਾਲ ਜ਼ਿਆਦਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਹ ਆਪਣੇ 3 ਤਰੀਕ ਨੂੰ ਇੱਥੇ ਆਏ ਸੀਗੇ ਸਤੌਜ ਪਿੰਡ 'ਚ, ਪੂਰੇ ਪੰਜਾਬ ਨੂੰ ਸੁਨੇਹਾ ਦੇਣ ਲਈ ਵੀ ਸਰਬਸੰਮਤੀ ਕਰੋ। ਸਾਡੀ ਉਸੇ ਦਿਨ ਤੋਂ ਉਦੋਂ ਪਹਿਲਾਂ ਦੀ ਕੋਸ਼ਿਸ਼ ਚੱਲ ਰਹੀ ਸੀ ਸਰਬਸੰਮਤੀ ਕਰਨ ਦੀ, ਅਤੇ ਸਾਰਾ ਕੁਛ ਓਕੇ ਹੋਇਆ ਪਿਆ ਸੀਗਾ ਅਤੇ ਸਹਿਮਤੀ ਬਣੀ ਪਈ ਸੀ, ਅਤੇ ਸਿਰਫ 7 ਤਰੀਕ ਜਿਹੜੇ ਕਾਨੂੰਨੀ ਤੌਰ 'ਤੇ ਕਾਗਜ਼ ਵਾਪਸ ਲੈਣ ਦੀ ਡੇਟ ਹੁੰਦੀ ਆ ਉਹਦੀ ਵੇਟ ਕਰ ਰਹੇ ਸੀ, ਅਤੇ ਪ੍ਰਕਿਰਿਆ ਇਹਨਾਂ ਦੀ ਕਾਗਜ਼ ਵਾਪਸ ਲੈਣ ਦੀ ਪੂਰੀ ਹੋ ਜਾਵੇ ਅਤੇ ਇਹ ਸਾਰੀ ਖੁਸ਼ਖਬਰੀ ਅਸੀਂ ਪੂਰੇ ਪੰਜਾਬ ਨੂੰ ਦੇ ਸਕੀਏ। ਸੀਐਮ ਸਾਹਿਬ ਨੂੰ ਵੀ ਅਸੀਂ ਬਹੁਤ ਵਧੀਆ ਉਹਨਾਂ ਨੂੰ ਵਧਾਈਆਂ ਦਿੰਦੇ ਹਾਂ ਉਹਨਾਂ ਦੇ ਪਿੰਡ 'ਚ ਸਰਪੰਚ ਸਰਬੰਧ। ਸੀਐਮ ਮਾਨਦੇ ਉਹਨਾਂ ਦੇ ਜੱਦੀ ਪਿੰਡ ਸਤੌਜ ਪਹੁੰਚਣ ਤੇ ਲੋਕਾਂ ਨੂੰ ਕੀਤੀ ਗਈ ਅਪੀਲ ਦਾ ਅਸਰ ਹੁਣ ਵੇਖਣ ਨੂੰ ਮਿਲਿਆ ਜਦੋਂ ਪਿੰਡ ਵਾਸੀਆਂ ਨੇ ਖੁਸ਼ੀ ਖੁਸ਼ੀ ਸਰਬਸੰਮਤੀ ਦੇ ਨਾਲ ਸਰਪੰਚ ਨੂੰ ਚੁਣ ਲਿਆ ਗਿਆ। ਜਾਣਕਾਰੀ ਲਈ ਦੱਸਣਾ ਬਣਦਾ ਹੈ ਕਿ ਬੀਤੀ 3 ਅਕਤੂਬਰ ਨੂੰ ਸੀਐਮ ਮਾਨ ਪਿੰਡ ਪਹੁੰਚੇ ਸਨ ਤੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਸਰਬਸੰਮਤੀ ਦੇ ਨਾਲ ਹੀ ਪਿੰਡ ਦਾ ਸਰਪੰਚ ਚੁਣਿਆ ਜਾਵੇ, ਜਿਸ ਤੋਂ ਬਾਅਦ ਹੁਣ ਹਰਬੰਸ ਸਿੰਘ ਹੈਪੀ ਦੇ ਪੱਖ ਦੇ ਵਿੱਚ ਪੂਰਾ ਪਿੰਡ ਨਿਤਰਿਆ ਅਤੇ ਹਰਬੰਸ ਹੈਪੀ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ। ਹਾਲਾਂਕਿ ਪਿੰਡ ਦੇ 3 ਵਿਅਕਤੀਆਂ ਨੇ ਸਰਪੰਚੀ ਲਈ ਕਾਗਜ਼ ਵੀ ਭਰੇ ਹੋਏ ਸਨ, ਪਰ ਸੀਐਮ ਮਾਨ ਦੀ ਅਪੀਲ ਤੋਂ ਬਾਅਦ ਅਤੇ ਹਰਬੰਸ ਸਿੰਘ ਹੈਪੀ ਦੇ ਹੱਕ ਦੇ ਵਿੱਚ ਤਿੰਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਸਰਬਸੰਮਤੀ ਨਾਲ ਸਰਪੰਚ ਚੁਣਨ ਤੋਂ ਬਾਅਦ ਹੁਣ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਪਿੰਡ ਦੇ ਸਾਰੇ ਲੋਕ ਖੁਸ਼ ਨਜ਼ਰ ਆ ਰਹੇ ਨੇ। ਤਾਂ ਜਿਹੜੇ ਹੋਰ ਫਾਲਤੂ ਖਰਚੇ ਹੁੰਦੇ ਨੇਗੇ ਚੋਣਾਂ ਵਿੱਚ, ਉਹਨਾਂ ਤੋਂ ਬੱਚਤ ਹੁੰਦੀ ਆ ਅਤੇ ਪਿੰਡ ਦਾ ਭਾਈਚਾਰਾ ਏਕਾ ਬਣਿਆ ਰਹਿੰਦਾ ਹੈ ਅਤੇ ਪਿੰਡ ਦਾ ਵਿਕਾਸ ਇਹਦੇ ਨਾਲ ਜ਼ਿਆਦਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਹ ਆਪਣੇ 3 ਤਰੀਕ ਨੂੰ ਇੱਥੇ ਆਏ ਸੀਗੇ ਸਤੌਜ ਪਿੰਡ 'ਚ, ਪੂਰੇ ਪੰਜਾਬ ਨੂੰ ਸੁਨੇਹਾ ਦੇਣ ਲਈ ਵੀ ਸਰਬਸੰਮਤੀ ਕਰੋ। ਸਾਡੀ ਉਸੇ ਦਿਨ ਤੋਂ ਉਦੋਂ ਪਹਿਲਾਂ ਦੀ ਕੋਸ਼ਿਸ਼ ਚੱਲ ਰਹੀ ਸੀ ਸਰਬਸੰਮਤੀ ਕਰਨ ਦੀ, ਅਤੇ ਸਾਰਾ ਕੁਛ ਓਕੇ ਹੋਇਆ ਪਿਆ ਸੀਗਾ ਅਤੇ ਸਹਿਮਤੀ ਬਣੀ ਪਈ ਸੀ, ਅਤੇ ਸਿਰਫ 7 ਤਰੀਕ ਜਿਹੜੇ ਕਾਨੂੰਨੀ ਤੌਰ 'ਤੇ ਕਾਗਜ਼ ਵਾਪਸ ਲੈਣ ਦੀ ਡੇਟ ਹੁੰਦੀ ਆ ਉਹਦੀ ਵੇਟ ਕਰ ਰਹੇ ਸੀ, ਅਤੇ ਪ੍ਰਕਿਰਿਆ ਇਹਨਾਂ ਦੀ ਕਾਗਜ਼ ਵਾਪਸ ਲੈਣ ਦੀ ਪੂਰੀ ਹੋ ਜਾਵੇ ਅਤੇ ਇਹ ਸਾਰੀ ਖੁਸ਼ਖਬਰੀ ਅਸੀਂ ਪੂਰੇ ਪੰਜਾਬ ਨੂੰ ਦੇ ਸਕੀਏ। ਸੀਐਮ ਸਾਹਿਬ ਨੂੰ ਵੀ ਅਸੀਂ ਬਹੁਤ ਵਧੀਆ ਉਹਨਾਂ ਨੂੰ ਵਧਾਈਆਂ ਦਿੰਦੇ ਹਾਂ ਉਹਨਾਂ ਦੇ ਪਿੰਡ 'ਚ ਸਰਪੰਚ ਸਰਬੰਧ ਵਿੱਚ।